ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਹੈ? ਅੱਜ ਦੇ ਬਲੌਗ ਦੀ ਸ਼ੁਰੂਆਤ ਅਸੀਂ ਇੱਕ ਮਿੱਠੇ ਜਿਹੇ ਗੀਤ ਨਾਲ ਕਰਨ ਜਾ ਰਹੇ ਹਾਂ, ਮੇਰਾ ਵੀਰ ਮੇਰੇ ਨਾਲ। ਅਤੇ ਹਾਂਜੀ ਬਾਬਾ ਜੀ, ਸੁਣਾਓ ਫਿਰ। ਨੀ ਮੁਹੱਬਤ ਕਰੋ ਤੋ ਚਾਹਤ ਖਤਮ ਨਹੀਂ ਹੋਤੀ, ਹਜ਼ਾਰ ਟੁਕੜਾ ਕਰ ਦੋ ਸੋਨੇ ਕੇ ਤੋ ਕੀਮਤ ਕਮ ਨਹੀਂ ਹੋਤੀ। ਲੋਗ ਗਮ ਤੋ ਦੇਤਾ ਹੈ, ਲੋਗ ਗਮ ਤੋ ਦੇਤੇ ਹੈ, ਲੋਗ ਗਮ ਤੋ ਦੇਤੇ ਹੈ, ਸ਼ਰੀਕ ਕੇ ਗਮ ਨਹੀਂ ਹੋਤੀ। ਕਿਸੀ ਕੇ ਦੂਰ ਜਾਣੇ ਸੇ ਮੁਹੱਬਤ ਕਮ ਨਹੀਂ ਹੋਤੀ। ਮੈਨੂੰ ਐਸੀਆਂ ਨਿਗਾਹਾਂ ਮੈਨੂੰ ਤੱਕਿਆ, ਸਤਿੰਦਰ ਸਰਤਾਜ ਦਾ ਗੀਤ ਸੁਣਾ ਰਹੇ ਨੇ। ਮੈਨੂੰ ਐਸੀਆਂ ਨਿਗਾਹਾਂ ਮੈਨੂੰ ਤੱਕਿਆ, ਉਹ ਕਹਿੰਦੇ ਹੋਏ ਵੀ ਮੈਂ ਰੁਕ ਨਹੀਂ ਸਕਿਆ, ਉਹ ਗਿਆ ਪੈਰ ਸਿੱਕੇ ਦੇ ਵਿੱਚ ਰੱਖਿਆ ਗੱਲ ਮੇਰੇ ਵਾਲੇ ਵਸਨੋਂ ਰੱਖੀ ਤੇ ਗੱਲ ਮੇਰੇ ਵਸਨੋਂ ਰਹੀ। ਦੋਸਤੋ, ਫਾਈਨਲੀ ਅਸੀਂ ਪਹੁੰਚ ਚੁੱਕੇ ਹਾਂ ਚੰਡੀਗੜ੍ਹ ਦੇ 16 ਸੈਕਟਰ। 16 ਸੈਕਟਰ 'ਚ ਕੀ ਆ? ਰੋਜ਼ ਗਾਰਡਨ। ਰੋਜ਼ ਗਾਰਡਨ 'ਚ ਕੀ ਆ? ਅੱਜ ਰੋਜ਼ ਫੈਸਟੀਵਲ 47ਵਾਂ, ਪਤਾ ਨਹੀਂ 46ਵਾਂ, ਜਿੰਨਵਾਂ ਵੀ ਹੈ, ਵਧੀਆ ਹੈ। ਕਿਉਂ? ਮਾਹੌਲ ਹੈ ਬਹੁਤ ਬਣਿਆ ਹੋਇਆ ਵਧੀਆ, ਵੀਰੇ ਅੰਦਰ ਨਹੀਂ ਗਏ। ਹਾਂ, ਇਹ ਵੀ ਗੱਲ ਆ, ਬਾਹਰੋਂ ਹੀ ਮਾਹੌਲ ਦੇਖ ਰਹੇ ਹਾਂ ਅਤੇ ਅਸੀਂ ਹਜੇ ਤੁਰਦੇ ਜਾ ਰਹੇ ਹਾਂ। ਆਪਣੀ ਅਸੀਂ ਐਕਟਿਵਾ ਜੋ ਹੈ ਪਾਰਕ ਲਾਤੀ 17 ਸੈਕਟਰ 'ਚ। 17 ਸੈਕਟਰ ਤੋਂ 16 ਸੈਕਟਰ ਤੱਕ ਅਸੀਂ ਪੈਦਲ ਜਾ ਰਹੇ ਹਾਂ, ਓਨਲੀ ਬਿਕੋਜ਼ ਆਫ ਕਿਉਂ ਆਪਾਂ ਫੈਸਟੀਵਲ ਦੇਖਣਾ ਹੈ। ਕਿਉਂ ਦਾ ਕੀ ਮਤਲਬ ਹੈ? ਤੁਰ ਕੇ ਤਾਂ ਜਾ ਰਹੇ ਹਾਂ ਵੀ ਨਜ਼ਾਰਾ ਬਹੁਤ ਹੈ। ਹਾਂ, ਨਜ਼ਾਰੇ ਜਾਣਗੇ। ਅਤੇ ਬਾਕੀ ਅਸੀਂ ਹਜੇ 16 ਸੈਕਟਰ 'ਚ ਪਹੁੰਚ ਚੁੱਕੇ ਹਾਂ ਅਤੇ ਥੋੜ੍ਹੇ ਸਮੇਂ ਬਾਅਦ ਅਸੀਂ ਗੇਟ ਤੱਕ ਪਹੁੰਚਦੇ ਹਾਂ ਅਤੇ ਦਿਖਾਉਂਦੇ ਹਾਂ, ਤੁਹਾਨੂੰ ਵੀ ਦਿਖਾਉਂਦੇ ਹਾਂ। ਅਤੇ ਅੱਜ ਦਾ ਬਲੌਗ ਬਹੁਤ ਵਧੀਆ ਹੋਣ ਵਾਲਾ, ਜੁੜੇ ਰਹੋ ਸਾਡੇ ਨਾਲ। ਸਾਰਿਆਂ ਨੂੰ ਪਹਿਲਾਂ ਹੀ ਕਹਿ ਦਿੰਦਾ, ਸਾਡੀ ਵੀਡੀਓ ਨੂੰ ਇਹਨੂੰ ਲਾਈਕ ਕਰ ਦਿਓ ਅਤੇ ਆਪਣੇ ਯਾਰਾਂ ਦੋਸਤਾਂ 'ਚ ਸ਼ੇਅਰ ਵੀ ਕਰ ਦਿਓ ਅਤੇ ਸਾਡੇ ਵੀਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ। ਬਾਅਦ 'ਚ ਤੁਸੀਂ ਭੁੱਲ ਜਾਂਦੇ ਹੋ ਕਰਨਾ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਬਾਕੀ ਆਪਾਂ ਮੇਲੇ ਜਾ ਕੇ ਮਿਲਦੇ ਹਾਂ। ਉਹ ਵੀ ਦੋਸਤੋ, ਜਿਸ ਘੜੀ ਦਾ ਇੰਤਜ਼ਾਰ ਸੀ ਆਪਾਂ ਪਹੁੰਚ ਗਏ ਚੰਡੀਗੜ੍ਹ 16 ਸੈਕਟਰ ਦੇ ਰੋਜ਼ ਗਾਰਡਨ। ਅਤੇ ਪਿੱਛੇ ਦਰਸ਼ਕ ਵੀਰ ਵੀ ਆ ਗਏ, ਆ ਜਾਓ ਖੜ ਜਾਓ ਅਤੇ ਸਬਸਕ੍ਰਾਈਬ ਵੀ ਕਰ ਦਿਓ ਸਾਡੇ ਚੈਨਲ ਨੂੰ ਯੂਟਿਊਬ 'ਤੇ। ਅਸੀਂ ਪਾਉਂਦੇ ਹਾਂ ਵੀਡੀਓ ਵਲੌਗਸ ਟੀ ਵੀ ਤਾਈ, ਚੈੱਕ ਕਰ ਲਓ, ਵਲੌਗਸ ਵੀ ਵਲੌਗਸ ਟੀ ਵੀ ਤਾਈ। ਅਤੇ ਪਿੱਛੇ ਦੋਸਤੋ ਕੁਛ ਦਰਸ਼ਕ ਆ ਗਏ ਸੀ, ਉਹਨਾਂ ਨੂੰ ਆਪਣੀ ਚੈਨਲ ਦੀ ਪ੍ਰਮੋਸ਼ਨ ਵੀ ਅਸੀਂ ਕਰ ਹਟੀ ਆ ਅਤੇ ਅਸੀਂ ਪਹੁੰਚ ਗਏ 16 ਸੈਕਟਰ ਦੇ ਰੋਜ਼ ਗਾਰਡਨ ਦੇ ਵਿੱਚ। ਅਤੇ ਰੋਜ਼ ਗਾਰਡਨ ਦੇ ਵਿੱਚ ਪਹੁੰਚਣ ਤੋਂ ਬਾਅਦ ਪਿੱਛੇ ਰੋਜ਼ ਗਾਰਡਨ ਦਾ ਵਿਊ ਦਿਖਾਊਗਾ ਮੇਰਾ ਵੀਰ। ਅਤੇ ਆਪਾਂ ਹੁਣ ਚੱਲਦੇ ਹਾਂ ਰੋਜ਼ ਗਾਰਡਨ ਰੋਜ਼ ਫੈਸਟੀਵਲ ਦੇਖਣ, ਅਤੇ ਆਓ ਚੱਲੀਏ। ਖਾਸਾ ਵਧੀਆ ਨਾ ਵੀਰੇ? ਵੀਰੇ ਮਾਹੌਲ ਦੋਸਤੋ ਤੁਹਾਨੂੰ ਕਿਆ ਦੱਸੀਏ, ਅਸੀਂ ਤਾਂ ਹੁਣ ਤੱਕ ਹਨੇਰੇ ਦੀ ਰਹੇ ਹਾਂ, ਅੱਜ ਪਹਿਲੀ ਵਾਰ ਕਾਫੀ ਸਮੇਂ ਤੋਂ 46ਵਾਂ ਪਤਾ ਨਹੀਂ 47ਵਾਂ ਰੋਜ਼ ਫੈਸਟੀਵਲ ਹੈ ਦੇਖ ਕੇ ਅੱਜ ਪਹਿਲਾ ਹੀ ਹੈ। ਅਸੀਂ ਜ਼ਿੰਦਗੀ 'ਚ ਅੱਜ ਪਹਿਲੀ ਵਾਰ ਦੇਖਿਆ, ਆਨੰਦ ਆ ਗਿਆ, ਬਹੁਤ ਵਧੀਆ ਹੈ। 3 ਦਿਨ ਚੱਲਦਾ ਹੁੰਦਾ ਅਤੇ ਅੱਜ ਇਹਦਾ ਦੂਜਾ ਦਿਨ ਹੈ ਸ਼ਨੀਵਾਰ ਦਾ। ਅਤੇ ਕੱਲ੍ਹ ਨੂੰ ਦੋਸਤੋ ਪੰਜਾਬੀ ਵੀਰਾਂ ਨੂੰ ਵਿਸ਼ੇਸ਼ ਤੌਰ 'ਤੇ ਮੈਂ ਦੱਸਣਾ ਚਾਹੂੰਗਾ ਸੂਚਿਤ ਕਰਦਾ ਕਿ ਕੱਲ੍ਹ ਨੂੰ ਆਪਣੇ ਮਾਨਾ ਦੇ ਮਾਨ ਬੱਬੂ ਮਾਨ ਸਾਹਿਬ ਦਾ ਇੱਥੇ ਅਖਾੜਾ ਆ, ਉਸਤਾਦ ਜੀ ਦਾ ਅਖਾੜਾ ਆ। ਉਹ ਮੈਂ ਕਹਿੰਦਾ ਜ਼ਰੂਰ ਦੇਖਿਓ ਕੱਲ੍ਹ ਆ ਕੇ, ਪਹਿਲਾਂ ਦਿਨੇ ਪੂਰਾ ਫੰਕਸ਼ਨ ਇੰਜੋਏ ਕਰਿਓ ਰੋਜ਼ ਫੈਸਟੀਵਲ ਦਾ, ਅਤੇ ਸ਼ਾਮ ਨੂੰ ਆ ਕੇ ਮਾਨ ਸਾਹਿਬ ਦਾ ਅਖਾੜਾ ਦੇਖਿਓ ਰੋਜ਼ ਫੈਸਟੀਵਲ ਦਾ, ਉਹਦਾ ਮਾਹੌਲ ਦਿਖਾਉਂਦੇ ਹਾਂ। ਇਕੱਠ ਤੁਸੀਂ ਪੁੱਛੋ ਬੇਜਾਈ, ਪਹਿਲੀ ਵਾਰ ਦੇਖਿਆ ਇੰਨਾ ਮੇਲਾ। ਮੈਂ ਤਾਂ ਮੇਲਾ ਤਾਂ ਆਪਾਂ ਦੇਖਿਆ ਪਰ ਇੱਦਾਂ ਦਾ ਮੇਲਾ ਮੈਂ ਕਹਿੰਦਾ ਨਜ਼ਾਰਾ ਲਿਆ ਤਾ ਅੱਜ ਚਾਰੇ ਪਾਸੇ ਰੌਣਕਾਂ ਬਾਈ। ਇੱਥੇ ਫੁੱਲ ਵੀ ਹੈਗੇ ਨੇ ਅਤੇ ਫੁੱਲ ਵੀ ਹੈਗੇ ਨੇ ਉਹਨਾਂ ਦਾ ਮਤਲਬ ਕੀ? ਭਵਰੇ ਸਰ, ਆਪਾਂ ਸੋਸ਼ਲ ਚੈਨਲ ਹੈ ਆਪਣਾ, ਮਤਲਬ ਆਪਾਂ ਇਹੋ ਜਿਹੀਆਂ ਪੁੱਠੀਆਂ ਗੱਲਾਂ ਨਾ ਕਰੀਏ ਇੱਥੇ। ਅਤੇ
ਫੁਹਾਰਾ ਚੱਲਦਾ ਪਿਆ, ਮਤਲਬ ਵਧੀਆ ਇੱਥੇ ਅੱਜ ਦਾ ਮਾਹੌਲ, ਸਾਡਾ ਦਿਨ ਅੱਜ ਵਧੀਆ ਹੋ ਗਿਆ। ਲਓ ਵੀ ਦੋਸਤੋ ਆਲੇ ਦੁਆਲੇ ਦੇਖ ਸਕਦੇ ਹੋ, ਉਰੇ ਕਾਈਟਸ ਵੀ ਉੱਡ ਰਹੀਆਂ ਨੇ, ਕਾਈਟਸ ਨਹੀਂ ਪਤੰਗ ਉੱਡ ਰਹੇ ਨੇ। ਮੇਰੀ ਇੱਕ ਬੇਨਤੀ ਹੈ ਕਿ ਵੱਧ ਤੋਂ ਵੱਧ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰੋ, ਹਮੇਸ਼ਾ ਕੋਸ਼ਿਸ਼ ਕਰੋ ਕਿ ਜੋ ਇਹ ਆਪਣਾ ਪੰਜਾਬੀ ਚੈਨਲ ਹੈ ਤਾਂ ਭਾਸ਼ਾ ਜੋ ਆਪਾਂ ਨੇ ਰੱਖਣੀ ਹੈ ਪੰਜਾਬੀ ਹੀ ਰੱਖਣੀ ਹੈ। ਇਹ ਕੋਈ ਮਤਲਬ ਜੇ ਤੈਨੂੰ ਪਤੰਗ ਦਾ ਮਤਲਬ ਨਹੀਂ ਪਤਾ, ਪਤੰਗ ਆਖਦਾ। ਅਤੇ ਹੁਣ ਇਸ ਟਾਈਮ ਬਿਨਾਂ ਵੀਰੋ ਇੱਥੇ 16 ਸੈਕਟਰ ਦਾ ਜੋ ਰੋਜ਼ ਫੈਸਟੀਵਲ ਹੈ, ਇੱਥੇ ਪਤੰਗਬਾਜ਼ੀ ਦੇ ਮੁਕਾਬਲੇ ਹੋ ਰਹੇ ਨੇ, ਕਈ ਮਤਲਬ ਪਤੰਗ ਉਡਾ ਰਹੇ ਨੇ। ਪਰ ਅਫਸੋਸ ਦੀ ਗੱਲ ਇਹ ਹੈ ਕਿ ਚਾਈਨਾ ਡੋਰ ਨਾਲ ਹੀ ਉਡਾਇਆ ਰਹੇ, ਉਰੇ ਵੀ ਚਾਈਨਾ ਡੋਰ ਨਹੀਂ ਨਹੀਂ ਉਰੇ ਅੰਮ੍ਰਿਤਸਰੀ ਡੋਰ ਲੱਗਦੀ ਹੈ ਗੁਲਾਬੀ ਰੰਗ ਦੀ, ਪਰ ਬੰਦਾ ਵੀ ਪੱਗ ਵਾਲਾ ਹੈ, ਫਰਕ ਪੈਂਦਾ, ਹਰ ਗੱਲ ਥੋੜੀ ਬਹੁਤ ਹੀ ਚੀਜ਼ ਦਾ ਫਰਕ ਪੈਂਦਾ। ਯਾਰ ਰੰਗ ਬੰਨੇ ਪਏ ਨੇ ਚਾਰੇ ਪਾਸੇ, ਆਪਾਂ ਇਹਨਾਂ ਨੂੰ ਵੀ ਦਿਖਾ ਦਈਏ ਕਿ ਆਪਾਂ ਗੱਲਾਂ ਹੀ ਕਰੀ ਜਾਣੀਆਂ ਨੇ ਅੱਜ। ਹਾਂ ਮੈਂ ਚਲੋ ਹੁਣ ਇੱਥੇ ਥੋੜ੍ਹੀ ਦੇਰ ਲਈ ਤੁਹਾਡੇ ਤੋਂ ਅਲਵਿਦਾ ਆਖਦਾ, ਅਤੇ ਤੁਸੀਂ ਹੁਣ ਲੋਕਾਂ ਨੂੰ ਦੱਸੋ ਵੀ ਉਹਨਾਂ ਨੂੰ ਮੇਲਾ ਦਿਖਾਓ। ਬਾਬਾ ਮੇਹਰ ਕਰੇ ਇਹ ਹੋਰ ਇੱਦਾਂ ਦੇ ਹੀ ਕੰਮ ਕਰਦੇ ਰਹਿਣ, ਸਿੱਖ ਕੌਮ ਦਾ ਮਾਣ ਬਣਿਆ ਰਹੇ। ਕਿਉਂ
ਕਿੱਦਾਂ ਲੱਗਿਆ ਜੀ ਫਿਰ? ਇਹੀ ਗੱਲ ਮੈਂ ਤੈਨੂੰ ਪੁੱਛਣੀ ਸੀ, ਮੇਲਾ ਤੈਨੂੰ ਕਿੱਦਾਂ ਦਾ ਲੱਗਿਆ? ਮੈਨੂੰ ਤਾਂ ਬਹੁਤ ਵਧੀਆ ਲੱਗਿਆ, ਮੈਂ ਤਾਂ ਇਹਨਾਂ ਪਤਾ ਵੀ ਨਹੀਂ ਸੀ ਵੀ ਇੰਨੀਆਂ ਕਿਸਮਾਂ ਹੁੰਦੀਆਂ ਨੇ ਫੁੱਲਾਂ ਦੀਆਂ। ਫੁੱਲਾਂ ਦੀਆਂ ਘੱਟੋ ਘੱਟ ਉੱਥੇ 150-200 ਕਿਸਮਾਂ ਫੁੱਲਾਂ ਦੀਆਂ ਨਹੀਂ, ਮਤਲਬ ਆਹ ਗੁਲਾਬ ਦੀਆਂ, ਗੁਲਾਬ ਦੇ ਫੁੱਲਾਂ ਦੀਆਂ। ਫੁੱਲ ਵੀ ਬਹੁਤ ਸੀ ਉਰੇ, ਫੁੱਲ ਗੁਲਾਬ ਦੇ ਫੁੱਲ ਵੀ ਬਹੁਤ ਸੀ ਤੇ ਗੁਲਾਬ ਮਤਲਬ ਫੁੱਲ ਵੀ ਬਹੁਤ ਸੀ। ਹਾਂ, ਬਹੁਤੇ ਦਰਸ਼ਕ ਸਮਝ ਵੀ ਗਏ ਹੋਣਗੇ ਕਿ ਅਸੀਂ ਕਿਹੜੇ ਫੁੱਲਾਂ ਦੀ ਗੱਲ ਕਰ ਰਹੇ ਹਾਂ। ਕਿਉਂ, ਤੂੰ ਵੀ ਸਮਝ ਗਿਆ? ਮੈਂ ਤਾਂ ਸਮਝਦਾਰ ਹਾਂ। ਹਾਂ, ਤੇ ਬਾਕੀ ਇੱਕ ਮੇਲੇ ਦਾ ਜੋ ਹੈ ਇਹਦਾ ਮੁੱਖ ਆਕਰਸ਼ਣ ਬਹੁਤ ਲੋਕ ਇੱਥੇ ਪਿਕਨਿਕ ਵੀ ਕਰ ਰਹੇ ਨੇ। ਪਿਕਨਿਕ ਤਾਂ ਚੱਲ ਇੱਥੇ ਲੱਗਿਆ ਹੀ ਰਹਿੰਦਾ ਮੇਲਾ, ਤੇ ਮੁੱਖ ਆਕਰਸ਼ਣ ਹੈਲੀਕਾਪਟਰ, ਜੋ ਹੈਲੀਕਾਪਟਰ ਹੈਲੀਕਾਪਟਰ ਯੈਸ ਹਾਂ ਹੈਲੀਕਾਪਟਰ ਉਡਣ ਖਟੋਲਾ, ਉਹਦੀ ਇੱਕ ਰਾਈਡ ਵੀ ਉਹ ਰੱਖੀ ਹੋਈ ਹੈ ਨਾ, ਉਹਦੀ ਟਿਕਟ ਆਈ ਥਿੰਕ 2500 ਰੁਪਇਆ 2500 ਦੇ ਕਰੀਬ ਟਿਕਟ ਰੱਖੀ ਹੋਈ ਸੀ। ਗੇੜਾ ਤਾਂ ਇੱਕ ਦਿੰਦੇ ਨੇ ਬਸ, ਗੇੜਾ ਇੱਕ ਹੈ, ਮਹਿੰਗਾ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ। ਬਹੁਤ ਹੀ ਜ਼ਿਆਦਾ ਸਾਡਾ ਅੱਜ ਦਾ ਦਿਨ ਮਨੋਰੰਜਨ ਭਰਿਆ ਹੋਇਆ ਰਿਹਾ, ਵਧੀਆ ਰਿਹਾ, ਬਹੁਤ ਹੀ ਜ਼ਿਆਦਾ ਵਧੀਆ ਰਿਹਾ। ਵਧੀਆ ਨਹੀਂ, ਬਹੁਤ ਹੀ ਜ਼ਿਆਦਾ। ਅਕਸਰ ਅਸੀਂ ਚੰਡੀਗੜ੍ਹ ਆਏ ਹਾਂ, ਕਾਫੀ ਸਾਲਾਂ ਤੋਂ ਆ ਰਹੇ ਹਾਂ, ਆਉਂਦੇ ਜਾਂਦੇ ਰਹਿੰਦੇ ਹਾਂ, ਪਰ ਇਹ ਫੈਸਟੀਵਲ ਹੈ, ਰੋਜ਼ ਫੈਸਟੀਵਲ ਇਹ ਅੱਜ ਅਸੀਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖਿਆ ਹੈ, ਅਤੇ ਜਿੰਨੀ ਤੱਕ ਹੁਣ ਜ਼ਿੰਦਗੀ ਰਹੂਗੀ ਹਰ ਸਾਲ ਇਹ ਫਰਵਰੀ ਮਹੀਨੇ ਦੇ ਵਿੱਚ ਹੁੰਦਾ ਹੈ, ਤੇ ਆਪਾਂ ਵੀ ਦੇਖਾਂਗੇ, ਤੁਹਾਨੂੰ ਵੀ ਦਿਖਾਵਾਂਗੇ। ਆਪਾਂ ਤਾਂ ਦੇਖਿਆ ਹੀ ਕਰਾਂਗੇ, ਅਗਲੀ ਵਾਰ ਆਪਾਂ ਪਰਿਵਾਰ ਦੇ ਨਾਲ ਆਵਾਂਗੇ, ਕਿਉਂਕਿ ਦੋਸਤੋ ਬਹੁਤ ਹੀ ਵਧੀਆ ਪਰਿਵਾਰਕ ਮਾਹੌਲ ਹੈ ਜੇ ਆਪਾਂ ਪਰਿਵਾਰ ਦੇ ਨਾਲ ਆਉਂਦੇ ਹਾਂ ਅਸੀਂ, ਕਿਉਂਕਿ ਇੱਥੇ ਪਰਿਵਾਰਾਂ ਨੂੰ ਬੈਠਿਆਂ ਨੂੰ ਦੇਖਦੇ ਹਾਂ ਨਾ, ਜਿਵੇਂ ਲੋਕ ਆਪਣੀ ਵਾਈਫ ਮਾਵਾਂ ਸਾਰੇ ਇਕੱਠੇ ਹੋ ਕੇ ਉਰੇ ਪਿਕਨਿਕ ਮਨਾ ਰਹੇ ਨੇ, ਅਸੀਂ ਅੱਜ ਇਕੱਠੇ ਮਤਲਬ ਇਕੱਲੇ ਆਏ ਹਾਂ ਦੋਵੇਂ ਜਣੇ, ਤੋ ਤੂੰ ਕੀ ਕਹਿੰਦਾ? ਮੈਂ ਵੀ ਆਹੀ ਕਹਿੰਦਾ, ਵਧੀਆ ਮਾਹੌਲ ਇੱਥੇ ਆ ਸਕਦਾ ਬੰਦਾ। ਪੁਲਿਸ ਪ੍ਰਸ਼ਾਸਨ ਦਾ ਵੀ ਇੱਥੇ ਸ਼ਲਾਘਾ ਕਰਨੀ ਬਣਦੀ ਹੈ, ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਦੀ, ਜਿਨ੍ਹਾਂ ਨੇ ਬਹੁਤ ਹੀ ਵਧੀਆ ਪ੍ਰਬੰਧ ਕਰੇ ਹੋਏ ਨੇ ਪ੍ਰਸ਼ਾਸਨ ਨੇ, ਐਨ ਪੂਰੀ ਪ੍ਰੋਪਰ ਸਿਕਿਉਰਿਟੀ ਰੱਖੀ ਹੋਈ ਹੈ, ਪੂਰੀ ਕਲੀਨਨੈਸ ਵੀ ਪੂਰੀ ਆ ਉਰੇ। ਨਹੀਂ, ਉਹ ਚੰਡੀਗੜ੍ਹ ਦਾ ਸਾਫ਼ ਸੁਥਰਾ ਸ਼ਹਿਰ ਹੈ ਹੀ ਹੈ, ਇਹਦੇ 'ਚ ਤਾਂ ਕੋਈ ਦੋ ਰਾਏ ਹੈ ਹੀ ਨਹੀਂ। ਚਲੋ, ਬਾਕੀ ਉਮੀਦ ਕਰਦਾ ਤੁਹਾਨੂੰ ਸਾਡੀ ਪਹਿਲਾਂ ਵਾਂਗ ਇਹ ਵੀ ਵੀਡੀਓ ਵਧੀਆ ਹੀ ਲੱਗਦੀ ਹੋਊਗੀ। ਤੇ ਦੋਸਤੋ, ਉਮੀਦ ਕਰਦੇ ਹਾਂ ਸਾਡੀ ਅੱਜ ਦਾ ਜੋ ਅਸੀਂ ਰੋਜ਼ ਫੈਸਟੀਵਲ 'ਤੇ ਜੋ ਬਲੌਗ ਤੁਹਾਡੇ ਲਈ ਲੈ ਕੇ ਆਏ ਹਾਂ ਉਹ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਅਤੇ ਸਾਡੇ ਇਸ ਚੈਨਲ ਨੂੰ ਕੀ ਕਰਨਾ ਭਾਈ? ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ, ਲਾਈਕ ਕਰ ਦਿਓ, ਸਾਡੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਸਾਡੇ ਚੈਨਲ ਨੂੰ ਜ਼ਰੂਰ ਕਰ ਦਿਓ। ਅਤੇ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਨਾਲ ਸਾਨੂੰ ਸਾਡੇ ਇਸ ਬੈੱਲ ਆਈਕਨ ਨੂੰ ਵੀ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਨਵੀਂ ਨਵੀਂ ਸਾਰੀ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਆਉਂਦੀਆਂ ਰਹਿਣ। ਅਤੇ ਜੇਕਰ ਤੁਸੀਂ ਇਹ ਮੇਲਾ ਤੁਸੀਂ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਕੱਲ੍ਹ ਦਾ ਦਿਨ, ਯਾਨੀ ਕਿ ਐਤਵਾਰ ਵਾਲੇ ਦਿਨ, ਅੱਜ ਦਾ ਜੋ ਮਤਲਬ ਵੀਡੀਓ 24 ਤਰੀਕ ਨੂੰ ਤੁਹਾਡੇ ਲਈ ਆਊਗੀ, ਅੱਜ ਦਾ ਦਿਨ ਵੀ ਤੁਸੀਂ ਇਹ ਮੇਲਾ ਦੇਖ ਸਕਦੇ ਹੋ ਰੋਜ਼ ਫੈਸਟੀਵਲ ਮਾਨ ਸਾਹਿਬ। ਅਤੇ ਕੱਲ੍ਹ ਜੋ ਹੈ ਮੁੱਖ ਆਕਰਸ਼ਣ ਜੋ ਹੈ ਮੇਲੇ ਦਾ, ਮੈਂ ਤੁਹਾਨੂੰ ਮੁੜ ਦੁਬਾਰਾ ਕਹਿ ਰਿਹਾ ਹਾਂ ਕਿ ਬੱਬੂ ਮਾਨ ਸਾਹਿਬ ਦਾ ਕੱਲ੍ਹ ਇਸ ਟਾਈਮ ਇੱਥੇ ਅਖਾੜਾ ਆ, ਸਾਡੇ ਕੋਲ ਨਹੀਂ ਆ ਹੋਣਾ, ਸਾਡੀ ਕੁਛ ਮਜਬੂਰੀ ਹੈ। ਅਤੇ ਜੇ ਜਿਹੜੇ ਵੀ ਦਰਸ਼ਕ ਇਸ ਅਖਾੜਾ ਦੇਖਣਾ ਚਾਹੁੰਦੇ ਹਨ, ਸਵੇਰੇ ਰੋਜ਼ ਫੈਸਟੀਵਲ ਦੇਖਣਾ ਚਾਹੁੰਦੇ ਹਨ, ਉਹ ਜ਼ਰੂਰ ਆਓ, ਪਰਿਵਾਰ ਨਾਲ ਆਓ, ਬਹੁਤ ਵਧੀਆ ਮਾਹੌਲ ਹੈ ਉਰੇ। ਮਤਲਬ ਕਿ ਜਿਵੇਂ ਜਿਵੇਂ ਸ਼ਾਮ ਢਲਦੀ ਜਾ ਰਹੀ ਹੈ ਉਵੇਂ ਮੇਲਾ ਹੋਰ ਰੌਣਕ ਵਧੀ ਜਾ ਰਹੀ ਹੈ, ਕਿਉਂਕਿ ਉਰੇ ਸਿੰਗਰ ਆਏ ਹੋਏ ਨੇ ਕਾਫੀ। ਹੁਣ ਇਸ ਟਾਈਮ ਪਿੱਛੇ ਪੰਡਾਲ ਤੁਸੀਂ ਦੇਖ ਸਕਦੇ ਹੋ, ਪੰਡਾਲ ਦੇ ਵਿੱਚ, ਹਾਂ ਪੰਡਾਲ ਦੇ ਵਿੱਚ ਕੋਈ ਨਾ ਕੋਈ ਸਮਾਗਮ ਹੋਣ ਜਾ ਰਿਹਾ ਹੈ, ਜਿਵੇਂ ਕੱਲ੍ਹ ਮਿੱਕਾ ਸਿੰਘ ਆਇਆ ਸੀ, ਅੱਜ ਕੋਈ ਹੋਰ ਸਿੰਗਰ ਆਇਆ ਹੋਊਗਾ, ਅਤੇ ਕੱਲ੍ਹ ਸਾਰਿਆਂ ਦੇ ਮਾਨਾਂ ਦੇ ਮਾਨ ਬੱਬੂ ਮਾਨ ਸਾਹਿਬ ਆ ਰਹੇ ਨੇ। ਅਤੇ ਚਲੋ, ਜੇ ਅੱਜ ਆਏ ਹੁੰਦੇ ਤਾਂ ਅੱਜ ਅਸੀਂ ਇੱਥੇ ਉਰੇ ਸ਼ੂਟ ਤਾਂ ਨਹੀਂ ਸੀ ਹੋਣਾ, ਫਿਰ ਆਪਾਂ ਬੈਠ ਕੇ ਆਰਾਮ ਨਾਲ, ਫਿਰ ਆਪਾਂ ਸ਼ੂਟ ਥੋੜ੍ਹਾ ਕਰਨਾ ਸੀ, ਅਸੀਂ ਤਾਂ ਫਿਰ ਭੰਗੜੇ ਪਾਉਣੇ। ਚਲੋ ਕੋਈ ਗੱਲ ਨਹੀਂ, ਫਿਰ ਕਦੇ ਮੌਕਾ ਮਿਲਿਆ ਤਾਂ ਜ਼ਰੂਰ ਅਸੀਂ ਮਾਨ ਸਾਹਿਬ ਦਾ ਸ਼ੋਅ ਦੇਖਾਂਗੇ ਅਤੇ ਦਰਸ਼ਕਾਂ ਤੱਕ ਵੀ ਪਹੁੰਚਦਾ ਕਰਾਂਗੇ। ਅਤੇ ਸਾਨੂੰ ਦੋ ਇਜਾਜ਼ਤ ਦੋਸਤੋ, ਅਸੀਂ ਜਾਣਾ ਆਪਣੇ ਪਿੰਡ, ਸਾਡਾ ਪਿੰਡ ਹੈਗਾ ਗੋਬਿੰਦਗੜ੍ਹ, ਇੱਥੋਂ ਹੈਗਾ 50 ਕਿਲੋਮੀਟਰ, ਜ਼ਿਲ੍ਹਾ ਸਾਡਾ ਫਤਿਹਗੜ੍ਹ ਸਾਹਿਬ,
ਤੇ ਅਸੀਂ ਥੋੜ੍ਹਾ ਜਾਣਾ ਦੂਰ ਅਤੇ ਅਸੀਂ ਇਸ ਟਾਈਮ ਤੁਹਾਨੂੰ ਅਲਵਿਦਾ ਆਖਦੇ ਹਾਂ। ਮੁੜ ਨਵੇਂ ਹੀ ਇੱਦਾਂ ਦੇ ਕਿਸੇ ਵਲੌਗ ਦੇ ਵਿੱਚ ਤੁਹਾਨੂੰ ਮੈਂ ਫਿਰ ਮੁਲਾਕਾਤ ਕਰਾਂਗੇ। ਉਹਨਾਂ ਚਿਰ ਲਈ ਸਾਨੂੰ ਧਿਆਨ ਰੱਖੋ, ਆਪਣਾ ਧਿਆਨ ਸਾਡੇ ਨਾਲ ਬਣੇ ਰਹੋ। ਚੰਗਾ ਜੀ, ਸਤਿ ਸ਼੍ਰੀ ਅਕਾਲ।